ਦੇਖੋ ਜੀ ਹੁਣ ਆਪਾਂ ਪਹਾੜਾਂ ਵੱਲ ਵੀ ਆ ਚੁੱਕੇ ਆ, ਮਾਤਾ ਰਾਣੀ ਦੀ ਵੀ ਕਹਿੰਦੀ ਸਾਰੀ ਗੱਡੀ ਵੀ ਬਣਾ ਲਾ ਪਿੱਛੋਂ। ਸ਼ੁਰੂ ਚ ਬੌੜੀ ਦਿਖਾਵਾਂਗੇ ਪਹਾੜਾਂ ਚ ਆ ਚੁੱਕਿਆ ਉਰੇ, ਫਿਰ ਗੁਰਦੁਆਰਾ ਸ੍ਰੀ ਲਾਹੌਰ ਸਾਹਿਬ ਪਹਾੜਾਂ ਦਾ ਵਿਊ ਚੈੱਕ ਕਰਾਂ ਪੂਰਾ। ਬੋਲਤੀ ਬੰਦ ਹੋ ਗਈ, ਬੱਸ ਕਰਾ ਦੀ, ਕਰਾ ਜਾ ਪਹਿਲਾਂ ਚੜ੍ਹਦਾ ਫਿਰ। ਬੱਸ ਕਰਾ ਦੀ, ਆ ਜਾ ਮੈਂ ਦੁਬਾਰੇ ਆ ਰਹੀ ਹੈ ਥੋੜ੍ਹੀ ਜਿਹੀ, ਚਲਾ ਜਾ। ਉੱਧਰ ਤਾਂ ਚੜ੍ਹਦਾ ਜੇ ਵੀ ਬੱਸ ਹੋ ਗਈ ਲਵੇ ਆ ਕੇ। ਮੈਂ ਥੋੜ੍ਹਾ ਪਹਿਲਾਂ ਆ ਗਿਆ ਮਹੱਲਾ। ਚਲੋ ਜੀ ਹੁਣ ਮੱਥਾ ਟੇਕ ਲਈ, ਦਮ ਚੜ੍ਹ ਗਿਆ, ਪਹਾੜਾਂ ਦਾ ਵਿਊ ਚੈੱਕ ਕਰ ਲਓ ਪੂਰਾ ਵਧੀਆ ਆ ਰਿਹਾ। ਕਹਿੰਦੇ ਹੁਣ ਮੁੰਡੇ ਇੱਕ ਅੱਧੀ ਫੋਟੋਗ੍ਰਾਫੀ ਕਰ ਲਈਏ, ਉਰੇ ਪੈਰ ਤਾਂ ਪਰ ਨੇ ਮੁੰਡੇ, ਇੱਧਰ ਆ ਜਾ ਸਾਹ ਚੜ੍ਹਦੇ। ਪੌੜੀਆਂ ਵੀ ਖਾਸੀਆਂ ਦੀਆਂ ਨਾ ਬਾਬੇ, ਕਿੰਨੀਆਂ ਹੋਣੀਆਂ 100 ਕ। ਚਲੋ ਫਿਰ ਫੋਟੋਗ੍ਰਾਫੀ ਕਰ ਲਈ, ਫਿਰ ਮਿਲਦੇ ਆ ਫਿਰ ਅੱਗੇ। ਇਸ ਜਗ੍ਹਾ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਵਿਆਹ ਹੋਇਆ ਸੀਗਾ, ਜਿਹੜਾ ਉਹਨਾਂ ਦਾ ਸਹੁਰਾ ਪਰਿਵਾਰ ਸੀਗਾ ਉਹ ਲਾਹੌਰ ਦੇ ਰਹਿਣ ਵਾਲੇ ਸੀਗੇ। ਉਹ ਮਹਾਰਾਜ ਕੋਲ ਗਏ ਕਿ ਮਹਾਰਾਜ ਤੁਸੀਂ ਲਾਹੌਰ ਆਓ ਪਾਕਿਸਤਾਨ ਦੇ, ਸਾਡੇ ਘਰ ਬਰਾਤ ਲੈ ਕੇ ਆਓ। ਮਹਾਰਾਜ ਕਹਿੰਦੇ ਨਹੀਂ, ਅਸੀਂ ਲਾਹੌਰ ਨਹੀਂ ਆ ਸਕਦੇ ਬਰਾਤ ਲੈ ਕੇ, ਕਿਉਂਕਿ ਕਹਿੰਦੇ ਸਾਡੇ ਇੱਥੇ ਬਜ਼ੁਰਗਾਂ ਨੂੰ ਸ਼ਹੀਦ ਕੀਤਾ, ਗੁਰੂ ਅਰਜਨ ਦੇਵ ਜੀ ਨੂੰ ਤੱਤੀ ਦਾ ਵਿਦੇ ਬਿਠਾਇਆ ਸੀਗਾ। ਕਹਿੰਦੇ ਜੀ ਉਸ ਜਗ੍ਹਾ 'ਤੇ ਬਰਾਤ ਲੈ ਕੇ ਜਾਂਦੇ ਚੰਗੇ ਨਹੀਂ ਲੱਗਦੇ, ਖੁਸ਼ੀਆਂ ਮਨਾਉਂਦੇ ਉਸ ਜਗ੍ਹਾ 'ਤੇ ਚੰਗੇ ਨਹੀਂ ਲੱਗਦੇ। ਫਿਰ ਮਹਾਰਾਜ ਦੇ ਘਰ ਸੀਗੇ ਭੋਰਾ ਸਾਹਿਬ ਗੁਰਦੁਆਰੇ ਸ਼ੀਸ਼ਗੰਜ ਦੇ ਸਾਹਮਣੇ, ਉੱਥੇ ਨਹੀਂ ਮਹਾਰਾਜ ਨੇ ਬਰਾਤ ਤਿਆਰ ਕੀਤੀ। ਮਹਾਰਾਜ ਨੇ ਬਰਾਤ ਤਿਆਰ ਕੀਤੀ ਕਿਉਂਕਿ ਉੱਥੇ ਗੁਰੂ ਤੇਗ ਬਹਾਦਰ ਜੀ ਦਾ ਸੀਸ ਦਾ ਸੰਸਕਾਰ ਹੋਇਆ ਸੀਗਾ, ਤਾਂ ਕਰਕੇ ਮਹਾਰਾਜ ਨੇ ਇੱਥੇ ਨਹੀਂ ਤਿਆਰ ਕੀਤੀ। ਮਹਾਰਾਜ ਨੇ ਤਿਆਰ ਕੀਤੀ ਸਿਹਰਾ ਸਾਹਿਬ ਗੁਰਦੁਆਰੇ, ਸਿਹਰਾ ਸਾਹਿਬ ਗੁਰਦੁਆਰੇ ਤਿਆਰ ਕੀਤੀ ਬਰਾਤ। ਸਿਹਰਾ ਸਾਹਿਬ ਤੋਂ ਅੱਗੇ ਤੁਰੇ ਮਹਾਰਾਜ ਬਰਾਤ ਲੈ ਕੇ ਤਰਵੈਣੀ ਸਾਹਿਬ ਪੁੱਜੇ। ਤਰਵੈਣੀ ਸਾਹਿਬ ਮਹਾਰਾਜ ਉੱਥੇ ਮਹਾਰਾਜ ਅੱਗੇ ਅਰਦਾਸ ਕੀਤੀ ਕਿ ਮਹਾਰਾਜ ਇੱਥੇ ਪਾਣੀ ਹੈ ਨਹੀਂ ਪੀਣ ਵਾਸਤੇ, ਕੋਈ ਕਿਰਪਾ ਕਰੋ ਤੁਸੀਂ। ਫਿਰ ਮਹਾਰਾਜ ਨੇ ਵਰਸ਼ਾ ਮਾਰਿਆ ਸੀਗਾ ਇਸ ਜਗ੍ਹਾ 'ਤੇ, ਵਰਸ਼ਾ ਮਾਰ ਕੇ ਤਿੰਨੇ ਨਦੀਆਂ ਦਾ ਪਾਣੀ ਇੱਥੇ ਵਹਿਣ ਲੱਗਿਆ ਸੀਗਾ। ਅੱਜ ਵੀ 24 ਘੰਟੇ ਵਹਿੰਦਾ ਜੀ ਪਾਣੀ। ਫਿਰ ਅੱਗੇ ਮਹਾਰਾਜ ਦਾ ਘੋੜਾ ਬੰਨਿਆ ਹੋਇਆ ਸੀਗਾ ਨੀਲਾ, ਘੋੜ ਸਾਹਿਬ ਗੁਰਦੁਆਰੇ, ਉਹ ਵੀ ਮਹਾਰਾਜ ਅੱਗੇ ਪੁਕਾਰ ਕਰਨ ਲੱਗਾ ਕਿ ਮਹਾਰਾਜ ਮੈਨੂੰ ਵੀ ਪਾਣੀ ਦਿਓ ਪੀਣ ਵਾਸਤੇ, ਕਿ ਮੈਂ ਹੀ ਪਾਣੀ ਪੀਣਾ। ਮਹਾਰਾਜ ਕਹਿੰਦੇ ਤੂੰ ਆਪਣਾ ਜਲ ਆਪ ਕੱਢ ਲੈ, ਘੋੜ ਮਾਰ ਕੇ ਕੱਢ ਲੈ ਆਪਣਾ ਜਲ। ਫਿਰ ਉਹਨੇ ਆਪਣਾ ਜਲ ਘੋੜ ਮਾਰ ਕੇ ਕੱਢ ਲਿਆ, ਉਹ ਖਰਾ ਜਲ ਨਿਕਲਦਾ ਜੀ। ਘੋੜੇ ਘੋੜਿਆਂ ਨੂੰ ਖਰਾ ਜਲ ਪਸੰਦ ਸੀਗਾ, ਤਾਂ ਕਰਕੇ ਉਹਨੇ ਖਰਾ ਜਲ ਪੀਤਾ। ਅੱਜ ਵੀ ਖਰਾ ਜਲ ਨਿਕਲਦਾ ਇਸ ਜਗ੍ਹਾ 'ਤੇ। ਫਿਰ ਇੱਥੇ ਆ ਕੇ ਮਾਤਾ ਜੀਤਾ ਜੀ ਨੇ ਨਾਮਾਂ ਲਈਆਂ ਸੀਗੀਆਂ ਗੁਰੂ ਮਹਾਰਾਜ ਨੇ, ਦਸਵੇਂ ਪਾਤਸ਼ਾਹ ਜੀ ਨੇ,
ਇੱਥੇ ਬਸੰਤ ਪੰਚਮੀ ਨੂੰ ਬੜਾ ਤਕੜਾ ਮੇਲਾ ਲੱਗਦਾ, ਮਹਾਰਾਜ ਦਾ ਵਿਆਹ ਮਨਾਉਂਦੇ ਇਹਨਾਂ ਦਿਨਾਂ 'ਚ। ਇਹਨਾਂ ਦਿਨਾਂ 'ਚ ਮਹਾਰਾਜ ਵਿਆਹ ਹੋਇਆ ਸੀਗਾ, 23 ਹੜ ਨੂੰ ਵਿਆਹ ਹੋਇਆ ਸੀਗਾ ਮਹਾਰਾਜ ਦਾ। ਅਤੇ ਅੱਜ 15 ਹੜ ਆ ਜੀ, ਫਿਰ 23 ਹੜ ਨੂੰ ਹੋਇਆ ਸੀਗਾ ਵਿਆਹ, ਕਿਉਂਕਿ ਸ਼੍ਰੋਮਣੀ ਕਮੇਟੀ ਨੇ ਕਿਹਾ ਕਿ ਅਸੀਂ ਇਹਨਾਂ ਦਿਨਾਂ 'ਚ ਸ਼ਹੀਦੀ ਦਿਹਾੜੇ ਆਏ ਨੇ ਜੀ, ਤਾਂ ਕਰਕੇ ਸ਼ਹੀਦੀ ਦਿਹਾੜੇ ਵਾਲੇ ਦਿਨ ਅਸੀਂ ਫਿਰ ਮਹਾਰਾਜ ਦਾ ਵਿਆਹ ਨਹੀਂ ਮਨਾਉਂਦੇ, ਤਾਂ ਕਰਕੇ ਬਸੰਤ ਪੰਚਮੀ ਵਾਲੇ ਦਿਨ ਹੀ ਮਹਾਰਾਜ ਦਾ ਵਿਆਹ ਮਨਾਉਂਦੇ ਨੇ, ਮਹਾਰਾਜ ਦਾ ਵਿਆਹ ਪੂਰਵ ਮਨਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਨੰਦਪੁਰ ਸਾਹਿਬ ਪਹੁੰਚ ਗਏ। ਅਨੰਦਪੁਰ ਸਾਹਿਬ ਪਹੁੰਚ ਚੁੱਕੇ ਹਾਂ, ਹੁਣ ਅਸੀਂ ਜਾ ਰਹੇ ਅੰਦਰ ਮੱਥਾ ਟੇਕਣ। ਚਲੋ ਦਿਖਾਉਣੇ ਸਮਾਨ, ਦੇਖੀ ਜਾ ਰਹੇ ਸਾਰਾ ਬਲੋਗ। ਬਦੁੱਖਾ ਲੈਣ ਲੱਗਾ ਨੇ ਮਿੱਤਰ, ਪਲੈਨ ਬਣ ਗਿਆ ਜੀ, ਹੁਣ ਪਲੈਨ ਕੈਂਸਲ ਹੋ ਗਿਆ। ਦੱਸ ਮਿੱਤਰ ਕਿੰਨੇ ਕਿੰਨੇ ਦੀ ਜੀ? 700 ਦਾ ਪਸਤੌਲ ਕਹਿੰਦੇ ਜੀ ਲੈਣਾ ਹੈਗਾ, ਅਤੇ 3500 ਦੀ 4000 ਦੀ ਪੂਰੀ ਹੱਥ ਲੱਗਦੀ ਹੈ ਵੀ ਬਾਹਲੀ ਜ਼ਿਆਦਾ ਜੀ, ਚੱਕਣ 'ਚ ਬਾਹਲੀ ਭਾਰੀ ਪੂਰਾ। ਹਾਂ ਲੋਂਗ 'ਚ ਪਤਾ ਵੀ ਹਾਂ ਫੜੀ ਵੀ ਹੈਗੀ ਲੱਗਦੀ, ਬਸ ਰਹੀ ਕੋਈ ਫਰਕ ਲੱਗਦੀ ਜੀ ਹੰਟੀ ਵਿੱਚ। ਹੁਣ ਅੱਗੇ ਅੱਗੇ ਪਹੁੰਚ ਗਏ ਸ਼ੀਸ਼ਗੰਜ ਸਾਹਿਬ, ਮੱਥਾ ਮੱਥਾ ਟੇਕ ਲਏ। ਚਲੋ ਵੀ ਚੱਲਦੇ ਹਾਂ ਅੱਗੇ, ਦਿਖਾਉਣੇ ਤੁਹਾਨੂੰ ਜੇ ਬਲੌਗ ਵਧੀਆ ਲੱਗ ਰਿਹਾ ਮੇਰੀ ਵੀਡੀਓ ਨੂੰ, ਲਾਈਕ ਕਮੈਂਟ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ, ਨਵੇਂ ਨਵੇਂ ਬਲੌਗ ਦੇਖਣ ਲਈ। ਹੋਰ ਵੀ ਬਲੌਗ ਨਵੇਂ ਆਉਂਦੇ ਰਹਿਣਗੇ। ਇਤਿਹਾਸ ਲਿਖਿਆ ਹੋਇਆ ਮੇਰੇ ਹੱਥ ਵੀ ਅਲੱਗ ਝੋਲਾ ਉਹ ਦੇਖ ਪਹਾੜ ਦਿੰਦੇ ਉੱਧਰੋਂ।
ਇੱਧਰ ਵੀ ਜਿਹਨਾਂ ਨੇ ਇੱਧਰ ਨਹੀਂ ਹੈਗੇ ਉੱਥੇ ਨਹੀਂ ਜਿੱਥੇ ਖੜੇ ਨੇ ਉਹਦੇ ਪਰਾਂ ਇੱਧਰ ਸਾਰੇ ਪਾਸੇ ਪਹਾੜੀ ਦੇਖਣਾ ਆਪਣਾ ਅੰਦਰਲੇ ਪਾਸੇ ਵੀਡੀਓ ਬਣਾਉਂਦੇ ਬਾਬੇ ਨੇ ਫੋਨ ਬੰਦ ਕਰਾਤਾ ਚਲੋ ਫਿਰ ਆਪਾਂ ਬਾਹਰ ਨੂੰ ਆ ਗਏ ਹੁਣ ਵਿਊ ਦੇਖ ਸਕਦੇ ਤੁਸੀਂ ਇੱਧਰ ਨੈਣ ਦੇਵੀ ਵਾਲੇ ਪਹਾੜ ਦੀਦੇ ਨੇ ਉਰੇ ਉੱਪਰਲੇ ਪਾਸੇ ਵਰਦੇ ਉਰੇ ਇੱਧਰ ਕਿੰਨਾ ਉੱਚੇ ਫਿਰਦੇ ਆ ਬਈ ਇੱਧਰ ਬਣ ਰਿਹਾ ਹੈਗਾ ਹਜੇ ਇੰਟਰਸਟ ਕਿੱਧਰ ਗਿਆ ਇਸ ਇੱਧਰ The next day ਸਤਿ ਅਕਾਲ ਹੁਣ ਅਸੀਂ ਕਿਲ੍ਹਾ ਦੇਖਣ ਪਹੁੰਚ ਚੁੱਕੇ ਹਾਂ ਜੋ ਵਿਰਾਸਤੇ ਖਾਲਸਾ ਜੇ ਵੀ ਮੂਹਰੇ ਆ ਆਹੀ ਹੁੰਦਾ ਮੇਰੇ ਨਾਲ ਤੁਹਾਨੂੰ ਪਤਾ ਹੀ ਆ ਇਹੀ ਤੁਹਾਨੂੰ ਚਿਹਰਾ ਦੇਖਣ ਨੂੰ ਮਿਲੀ ਜਾਂਦਾ ਰੋਜ਼ ਰੋਜ਼ ਮੈਨੂੰ ਦੇਖ ਦੇਖ ਕੇ ਜਮੀ ਅੱਕ ਗਿਆ ਚਲੋ ਪਰ ਤੁਹਾਨੂੰ ਨਿਕਲਣ ਦੇਣਾ ਚਲੋ ਤੁਸੀਂ ਕਿਵੇਂ ਦੇਖਣ ਲੱਗ ਗਈ ਤਰੀ ਕਿੰਨੀਆਂ ਪੌੜੀਆਂ ਨੇ ਰੱਬ ਪੰਜਾਹ ਕੁ ਪੌੜੀਆਂ ਹੋਣੀਆਂ ਸਾਰੀਆਂ ਚਲ ਆ ਰੇਸ ਲਾਉਣੇ ਆ ਬਸ ਕੋਈ ਨੀ ਰੇਸ ਆਪਾਂ ਨੇ ਕੱਲ ਵੀ ਲਾਈ ਤੀ ਮੈਂ ਮੂਹਰੇ ਦੀ ਕੱਲ ਨਾ ਮੈਂ ਤਾਂ ਨੀ ਔਖਾ ਮੈਂ ਮੂਹਰੇ ਦੀ ਨਾਲੇ ਮੈਂ ਕਹਿੰਦੇ ਸਿੱਧੀ ਹਾਰ ਜਾਏਗਾ ਯਾਰ ਹਾਰ ਜਾਏਗਾ ਯਾਰ ਬਸ ਤੂੰ ਹਾਰ ਜਾਏਗਾ ਤੇਰੇ ਸਾਹਮਣੇ ਮੈਂ ਤੇਰੇ ਮਿਲੂ ਕਾ ਅਰੇ ਯਾਰ ਤੂੰ ਕਹਿੰਦੇ ਵੀ ਹਾਰ ਜਾਏਗਾ ਮੈਂ ਕਹਿੰਦਾ 132 ਪੌੜੀਆਂ ਨੇ ਹੁਣ ਜਾ ਰਹੇ ਇੱਧਰ ਲੈ ਕੇ ਰੱਬ ਦਾ ਨਾਮ ਵਾਹਿਗੁਰੂ ਜੀ ਵਾਹਿਗੁਰੂ 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 ਜਾ ਰਹੇ ਥੱਲੇ ਹੌਲੀ ਵੀਰੇ ਹੌਲੀ ਜਾ ਤਾਂ ਹੁਣ ਦੇਖ ਰਹੇ ਹਾਂ ਆਏਗਾ ਜਮੀ ਹੌਲੀ ਪਿੱਟ ਕੇ ਵੇਖਾ ਦਿਆ ਹੋਏ ਓਏ ਸਲੈਡ ਬਾਬੇ ਸਲੈਡ 'ਤੇ ਜਾ ਸਕਦੇ ਹਾਂ ਆਪਾਂ ਕਿਵੇਂ ਜੀ ਫੀਲ ਹੋ ਰਹੇ ਹੁਣ ਤਾਂ ਆਰਾਮ ਅਰੇ ਆਪਾਂ ਜਾਂਦੇ ਜਾਂਦੇ ਸਲੈਡ 'ਤੇ ਵੀ ਆ ਸਕਦੇ ਜੀ ਉਰੇ ਪੰਜ ਢੱਕਿਆ ਹੋਇਆ ਜਾਂਦੇ ਹੋਏ ਪਤਾ ਲੱਗੂ ਤੈਨੂੰ ਥੋੜ੍ਹੇ ਚੜ੍ਹਦਾ ਹੈ ਪਰ ਦਮ ਚੜ੍ਹ ਗਿਆ ਮਰਦਾ ਹੋਏ ਦਮ ਚੜ੍ਹ ਗਿਆ ਮੈਂ ਤਾਂ ਇੱਕ ਇੱਕ ਛੱਡ ਕੇ ਆਇਆ A few minutes later kela dekhne ke baad woh chal pe
ਅਸੀਂ ਉਹਨੂੰ ਗੁਰੂ ਘਰ ਟੱਕੀ ਸਾਹਿਬ ਬਣ ਚੁੱਕੇ ਹਾਂਗੇ। ਇੱਥੇ ਜਾਨਵਰ ਜੂਨਵਰ ਨੇ ਤੁਹਾਨੂੰ ਉਹ ਦਿਖਾਉਂਦੇ ਹਾਂ। ਵਿਊ ਬਹੁਤ ਵਧੀਆ ਆ ਰਿਹਾ। ਉੱਠ ਵੀ ਨਹੀਂ ਆ ਰਹੇ ਨਿੱਕੇ ਨਿੱਕੇ ਵੱਡੇ ਵਿੱਚ ਹੀ ਫਿਰ ਉਹ ਬਾਬੇ ਨੂੰ ਨੀ ਕੁਛ ਕਹਿੰਦੇ ਨਾ, ਆਪਾਂ ਨੂੰ ਤਾਂ ਕਹਿ ਸਕਦੇ ਨੇ ਬਚ ਕੇ ਰਹੋ। ਬੰਦ ਕਰਦੇ ਹੋਏ ਮੂਹਰੇ ਬੈਠੇ ਨੇ ਗੁਰੂ ਘਰ ਸਾਹਿਬ ਵਿੱਚ ਬਾਬਾ ਜੀ ਦੀਆਂ ਘੋੜੀਆਂ ਵੀ ਰੱਖੀਆਂ ਹੋਈਆਂ ਨੇ। ਰੱਥ ਦੇਖ ਲਓ ਪਹਿਲਾਂ ਵਾਲੇ ਵਰਗਾ ਪੁਰਾਣਾ ਰੱਥ ਹੈ। ਇੱਥੇ ਬਾਬਾ ਜੀ ਜਾਨਵਰਾਂ ਦਾ ਬਹੁਤ ਜ਼ਿਆਦਾ ਧਿਆਨ ਰੱਖਦੇ ਨੇ। ਸਾਰੇ ਪਾਸੇ ਜਾਨਵਰਾਂ ਲਈ ਪਾਣੀ ਰੱਖਿਆ ਹੋਇਆ ਹੈਗਾ, ਉਹਨਾਂ ਲਈ ਖਾਣ ਪੀਣ ਦਾ ਪੂਰਾ ਵਧੀਆ ਪ੍ਰਬੰਧ ਆ। ਸਤੁਰ ਮੁਰਗ ਵੀ ਆ, ਉਹ ਵੱਗਦੇ ਆ, ਉਹ ਵੱਗ ਗਏ। ਇੱਧਰ ਸਤੁਰ ਮੁਰਗ ਵੀ ਰੱਖੇ ਹੋਏ ਨੇ। ਡਰ ਜਿਹਾ ਲੱਗਦਾ, ਚਲੋ ਬਾਈ ਜਾਣਦੇ ਕੋਈ ਨੀ।